ਜੀ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਦੇ ਉੱਤੇ ਸੀਓ ਸਾਹਿਬ ਨੂੰ ਮਿਲ ਕੇ ਆਏ ਆ ਔਰ ਭਾਰਤ ਦੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਆ ਉਹਨਾਂ ਨੂੰ ਵੀ ਅਸੀਂ ਤੁਰੰਤ ਈਮੇਲ ਕਰਕੇ ਬੇਨਤੀ ਕੀਤੀ ਹੈ ਕਿ ਚਾਰ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋ ਰਹੀ ਹੈ ਔਰ ਹੁਣ ਤੱਕ ਜਿਹੜੀ ਸਾਨੂੰ ਗਰਾਊਂਡ ਤੋਂ ਇਨਫੋਰਮੇਸ਼ਨ ਆਉਣੀ ਸ਼ੁਰੂ ਹੋਈ ਹੈ ਕਿ ਜਿਸ ਤਰ੍ਹਾਂ ਦੇ ਕਾਰਪੋਰੇਸ਼ਨ ਦੇ ਮਿਊਂਸੀਪਲ ਕਮੇਟੀਆਂ ਦੇ ਪੰਚਾਇਤਾਂ ਦੀ ਇਲੈਕਸ਼ਨ ਦੇ ਵਿੱਚ ਧੱਕੇਸ਼ਾਹੀ ਸ਼ੁਰੂ ਹੋਈ ਸੀ ਔਰ ਵੱਡੇ ਪੱਧਰ 'ਤੇ ਫਿਰ ਬੂਥ ਕੈਪਟਿੰਗ ਵੀ ਹੋਈ ਸੀ ਵਰਕਰਾਂ ਦੇ ਉੱਤੇ ਅਟੈਕ ਵੀ ਹੋਏ ਸੀ ਉਸੇ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਰੂਲਿੰਗ ਕਾਂਗਰਸ ਪਾਰਟੀ ਵੱਲੋਂ ਸਰਕਾਰ ਵੱਲੋਂ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਇਸ ਕਰਕੇ ਇੱਕ ਤਾਂ ਅਸੀਂ ਚਾਰਾਂ ਹਲਕਿਆਂ ਵਾਸਤੇ ਸਾਂਝੀ ਮੰਗ ਕੀਤੀ ਹੈ ਕਿ ਚਾਰਾਂ ਹੀ ਹਲਕਿਆਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਸੈਂਟਰਲ ਫੋਰਸਿਸ ਆ ਉਹ 100% ਸਾਰੇ ਬੂਥਾਂ ਦੇ ਉੱਤੇ ਲਾਈਆਂ ਜਾਣ ਤਾਂ ਜੋ ਜਿਹੜੀ ਬੂਥ ਕੈਪਚਰਿੰਗ ਦੀ ਪਲੈਨਿੰਗ ਕਾਂਗਰਸ ਪਾਰਟੀ ਕਰ ਰਹੀ ਹੈ ਵਰਕਰਾਂ ਨੂੰ ਵੋਟਾਂ ਪਾਉਣ ਤੋਂ ਰੋਕਣ ਦੀ ਜਿਹੜੀ ਪਲੈਨਿੰਗ ਹੋ ਰਹੀ ਹੈ ਦਹਿਸ਼ਤ ਫੈਲਾਉਣ ਦੀ ਜਿਹੜੀ ਪਲੈਨਿੰਗ ਹੋ ਰਹੀ ਹੈ ਉਹਨੂੰ ਜਿਹੜਾ ਹੈਗਾ ਰੋਕਿਆ ਜਾ ਸਕੇ ਔਰ ਦੂਸਰਾ ਅਸੀਂ ਮੰਗ ਕੀਤੀ ਸੀ ਕਿ 100% ਵੀਡੀਓਗ੍ਰਾਫੀ ਜਿਹੜੀ ਹੈ ਸਾਰੇ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਸਾਰੇ ਪੋਲਿੰਗ ਬੂਥਾਂ ਦੇ ਉੱਤੇ ਕੀਤੀ ਜਾਵੇ ਔਰ ਇੱਕ ਨੰਬਰ ਆਫ ਇਲੈਕਸ਼ਨ ਅਬਜ਼ਰਵਰ ਜਿਹੜਾ ਵਧਾਇਆ ਜਾਵੇ ਕਿਉਂਕਿ ਗੌਰਮੈਂਟ ਜਿਹੜੀ ਹੈ ਉਹਦੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਨਾਕਾਮੀਆਂ ਦੇ ਉੱਤੇ ਪਰਦਾ ਪਾਉਣ ਵਾਸਤੇ ਧੱਕੇਸ਼ਾਹੀ ਕਰਨੀ ਕਰੇ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਸਾਨੂੰ ਸੀਓ ਸਾਹਿਬ ਨੇ ਦੱਸਿਆ ਕਿ ਇੱਕ ਤਾਂ ਸਾਰੇ ਹੀ 100% ਜਿੰਨੇ ਬੂਥ ਆ ਚਾਰਾਂ ਹਲਕਿਆਂ ਦੇ ਉੱਥੇ ਵੀਡੀਓਗ੍ਰਾਫੀ ਕੀਤੀ ਜਾਏਗੀ ਇਹ ਅੱਛੀ ਗੱਲ ਹੈ ਅਸੀਂ ਵੈਲਕਮ ਕੀਤਾ ਉਹਨਾਂ ਨੂੰ ਅਸੀਂ ਵੀ ਕਿਹਾ ਕਿ ਬਾਹਰਲਾ ਵੀ ਜਿਹੜਾ ਹਿੱਸਾ ਬੂਥ ਦਾ ਉਹਦੇ 'ਤੇ ਵੀ ਕੀਤੀ ਜਾਵੇ ਉਹ ਵੀ ਸਾਨੂੰ ਉਹਨਾਂ ਨੇ ਅਸ਼ੋਰੈਂਸ ਦਿੱਤੀ ਆ ਕਿ ਬਾਹਰ ਵੀ ਜਿਹੜੀ ਆ ਕੈਮਰਾ ਲੱਗੇ ਅੰਦਰ 100% ਉਹਨਾਂ ਨੇ ਕਿਹਾ ਕਿ ਸਾਰੇ ਬੂਥਾਂ ਦੇ ਉੱਤੇ ਲੱਗੇਗਾ ਦੂਜੀ ਗੱਲ ਹੈ ਕਿ ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਕਿ ਮਾਈਕਰੋ ਅਬਜ਼ਰਵਰ 100% ਬੂਥਾਂ ਦੇ ਉੱਤੇ ਲੱਗਣਗੇ ਜਿਹੜੇ ਕਿ ਸੂਬੇ ਤੋਂ ਬਾਹਰ ਦੇ ਹੋਣਗੇ ਇਹ ਵੀ ਮੈਂ ਸਮਝਦਾ ਕਿ ਅੱਛੀ ਗੱਲ ਹੈ ਕਿ ਹਰ ਬੂਥ ਦੇ ਉੱਤੇ ਇੱਕ ਮਾਈਕਰੋ ਅਬਜ਼ਰਵਰ ਜਿਹੜਾ ਉਹ ਪੰਜਾਬ ਸਰਕਾਰ ਦਾ ਨਾਂ ਹੋ ਕੇ ਕੇਂਦਰ ਸਰਕਾਰ ਦੇ ਮੁਲਾਜ਼ਮ ਹੋਣਗੇ ਉਹ ਵੀ ਅਸੀਂ ਵੈਲਕਮ ਕਰਦੇ ਜਿਹੜੀ ਪੈਰਾਮਿਲਟਰੀ ਦੇ ਉੱਤੇ ਉਹਨਾਂ ਨੇ ਕਿਹਾ ਕਿ 12 ਕੰਪਨੀਆਂ ਹਾਲੇ ਸਾਡੇ ਕੋਲ ਆ ਗਈਆਂ ਅਤੇ ਹੋਰ ਮੰਗ ਕੀਤੀ ਹੈ ਉਹ ਅਸੀਂ ਜ਼ੋਰ ਦੇ ਕੇ ਉਹਨਾਂ ਨੂੰ ਕਿਹਾ ਕਿ 100% ਇਹ ਵੀ ਹੋਣੀ ਚਾਹੀਦੀ ਹੈ ਜੇ ਅਸੀਂ ਫਰੀ ਐਂਡ ਫੇਅਰ ਇਲੈਕਸ਼ਨ ਪੰਜਾਬ 'ਚ ਚਾਹੁੰਦੇ ਹਾਂ ਤਾਂ 100% ਪੈਰਾਮਿਲਟਰੀ ਫੋਰਸ ਹੋਣੀ ਚਾਹੀਦੀ ਇੱਕ ਦੂਜੀ ਜਿਹੜੀ ਦਾਖਾਂ ਦੇ ਵਿੱਚ ਖਾਸ ਤੌਰ 'ਤੇ ਅਸੀਂ ਸ਼ਿਕਾਇਤ ਕੀਤੀ ਹੈ ਕਿ ਪਿੱਛੇ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਇੱਕ ਡੇਲੋ ਥਾਣੇ ਦੇ SHO ਸਰਦਾਰ ਪ੍ਰੇਮ ਸਿੰਘ ਜਿਹੜੇ ਇੰਸਪੈਕਟਰ ਆ ਉਹਦੇ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਉਹ ਪੰਚਾਇਤ ਇਲੈਕਸ਼ਨ ਦੇ ਇੱਕ ਉਮੀਦਵਾਰ ਨੂੰ ਜ਼ਬਰਦਸਤੀ ਧਮਕੀ ਦੇ ਰਹੇ ਸੀ ਕਿ ਤੂੰ ਬੈਠ ਜਾ ਅਤੇ ਕਾਂਗਰਸ ਦੇ ਲੀਡਰ ਕੜਵਲ ਦੇ ਨਾਲ ਜਾ ਕੇ ਅਤੇ ਮੇਰੀ ਗੱਲ ਕਰਾ ਅਤੇ ਉਹਦੇ ਨਾਲ ਤੂੰ ਜਿਵੇਂ ਉਹ ਕਹਿੰਦਾ ਉਵੇਂ ਕਰ ਉਹ ਅਸੀਂ ਆਡੀਓ ਵੀ ਉਹਨਾਂ ਦੀ ਜਿਹੜੀ ਹੈਗੀ ਹੈ ਅਸੀਂ ਜਿਹੜੀ ਹੈ ਉਹ ਹੁਣ CO ਸਾਹਿਬ ਨੂੰ ਦਿੱਤੀ ਹੈ ਤੁਹਾਨੂੰ ਅਸੀਂ ਸੁਣਾ ਵੀ ਦਿੰਦੇ ਹਾਂ ਥੋੜ੍ਹੀ ਜੀ ਸਾਰੀ ਤਾਂ ਸੁਣਾਉਣ ਵਾਲੀ ਨਹੀਂ ਕਿਉਂਕਿ ਗਾਲਾਂ ਜ਼ਿਆਦਾ ਉਹਦੇ 'ਚ ਪਰ ਥੋੜ੍ਹੀ ਜੀ ਸੁਣਾ ਦਿੰਦੇ ਹਾਂ ਕਿ ਕੀ ਹੈਗੀ ਹੈ ਇਹ ਅਸੀਂ ਭੇਜ ਦਿੰਦੇ ਤੁਹਾਨੂੰ ਸਾਰਿਆਂ ਨੂੰ ਜਿਹੜੀ ਹੈਗੀ ਵਟਸਐਪ 'ਤੇ ਭੇਜ ਦਿੰਦੇ ਇਹਦੇ 'ਚ ਅਸੀਂ ਦੋ ਚੀਜ਼ਾਂ CO ਸਾਹਿਬ ਦੇ ਧਿਆਨ 'ਚ ਲਿਆਂਦੀਆਂ ਵੀ ਇੱਕ ਤਾਂ ਦੇਖੋ ਕਿ ਉਹੀ ਅਫਸਰ ਨੇ ਡੇਲੋਂ ਦੀ ਵਾਰਦਾਤ ਹੈ ਉਹੀ ਜ਼ਿਲ੍ਹਾ ਸਾਰੇ ਚੈਨਲਾਂ 'ਤੇ ਇਹ ਵੀਡੀਓ ਕਿੰਨੇ ਦਿਨ ਚੱਲਦੀ ਰਹੀ ਹੈ ਕਿ ਕਿਸ ਤਰੀਕੇ SHO ਵੱਲੋਂ ਸਰਪੰਚੀ ਦੇ ਇਲੈਕਸ਼ਨ ਦੇ ਉਮੀਦਵਾਰ ਨੂੰ ਧੱਕੇਸ਼ਾਹੀ ਦੇ ਨਾਲ ਬਿਠਾਉਣ ਵਾਸਤੇ ਦਬਕੇ ਮਾਰੇ ਜਾ ਰਹੇ ਅਤੇ ਜਿਸ ਦਿਨ ਇਲੈਕਸ਼ਨਾਂ ਅਨਾਊਂਸ ਹੋਈਆਂ ਇੱਕ ਦਿਨ ਪਹਿਲਾਂ ਉਸੇ ਬੰਦੇ ਨੂੰ ਉਸੇ ਇੰਸਪੈਕਟਰ ਨੂੰ ਦਾਖਾਂ ਦਾ SHO ਲਾ ਦਿੱਤਾ ਗਿਆ ਮਕਸਦ ਹੈ ਕਿ ਜਿਸ ਤਰ੍ਹਾਂ ਉੱਥੇ ਦਬਕੇ ਮਾਰ ਮਾਰ ਕੇ ਇਕੱਲੇ ਇਕੱਲੇ ਸਰਪੰਚ ਨੂੰ ਕਾਗਜ਼ ਚੁਕਾਏ ਸੀ ਇੱਥੇ ਵੀ ਹੁਣ ਇਕੱਲੇ ਇਕੱਲੇ ਸਰਪੰਚ ਨੂੰ ਉਸ ਤਰ੍ਹਾਂ ਧਮਕੀਆਂ ਦੇਣੀਆਂ ਇੱਕ ਤਾਂ ਅਸੀਂ ਇਹ ਮੰਗ ਕੀਤੀ ਆ ਕਿ ਉਹੀ ਅਫਸਰ ਨੇ ਜ਼ਿਲ੍ਹੇ ਦੇ ਅਤੇ ਇਹ ਦੱਸਿਆ ਜਾਵੇ ਕਿ ਇਹੀ ਅਫਸਰ ਨੂੰ ਚੁਣ ਕੇ ਕਿਉਂ ਲਾਇਆ ਜਦੋਂ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਹੁੰਦੀ ਹੈ ਕਿ ਕੋਈ ਵੀ ਜਿਹੜਾ ਅਫਸਰ ਜਿਹਦਾ ਪਿਛੋਕੜ ਕੰਟਰੋਵਰਸ਼ੀਅਲ ਹੋਵੇ ਉਹਨੂੰ ਇਲੈਕਸ਼ਨ ਡਿਊਟੀ ਦੇ ਉੱਤੇ ਨਹੀਂ ਲਾਉਣਾ ਦੂਜੀ ਗੱਲ
कि उसी इंस्पैक्टर का जिहड़ा बेटा है वह कांग्रेस का ब्लाक समिति का मैंबर है घनौर तो पटियाले तो जग परमजीत सिंह भंगू गोल्डी भंगू का नाम है उहदे कांग्रेस के सिंबल से इलैक्शन लड़ी है तो रोज़ उहदियां खबरां जिहड़ियां लुधियाणे ही रहिंदा उह रोज़ उहदियां खबरां जिहड़ियां उह लुधियाणे तो छपदियां सारियां गोल्डी भंगू नूं यूथ कांग्रेस च मिल सकदी है वड्डी अहुदेदारी ये उस इंस्पैक्टर का बेटा जी इत मैं पढ़ देना हलका घनौर ब्लाक समिति के टकसाली कांग्रेसी आगू ते मरहूम चेयरमैन बापू किशोरी लाल ढोली के पोतरे अते इंस्पैक्टर प्रेम सिंह भंगू के फरजंद गोल्डी भंगू नूं यूथ कांग्रेस च वड्डी जिम्मेवारी मिल सकती है मतलब उहदे दादा जी भी कट्टड़ पुराने कांग्रेसी है चेयरमैन रहे हैं बाप का नाम भी लिखा इंस्पैक्टर प्रेम सिंह तो उस ही जिहड़ा कांग्रेस परिवार का उत्थे जिहड़ा एक्टिव है लुधियाने दे विच नौजवान यूथ कांग्रेस का सानू उहदे यूथ कांग्रेस काम करन दे उत्ते कोई इतराज़ नहीं है वो जिहड़ी पार्टी च काम करे कर सकदा सानू इस गल ते इतराज़ है कि जिहदा बच्चा यूथ कांग्रेस दे विच एक्टिव है ब्लाक समिति की इलैक्शन लड़िया उहदे बाप नूं जिहदे ते पहला दोष लगे है कि वह धमकियां दे के एस एच ओ नूं बिठा रहा उस व्यक्ति नूं तुसी दाखा वर्गे सेंसिटिव असैंबली हल्के जिथे मुख्यमंत्री दा ओएसजी आप इलैक्शन लड़ रहा उहदा लाउण दा की मतलब है इहदा एसएसपी साहब तों जवाब लिया जाए क्योंकि जिहड़े भी अधिकारी ने इलैक्शन ड्यूटी ते लगना हुंदा इक रूल हुंदा कि जे उहदे परिवार दा कोई मैंबर किसी पार्टी दे विच एक्टिव है तो उहनूं दसना पैंदा कि मेरे परिवार दा फलाना मैंबर जिहड़ा इस पार्टी दा एक्टिव लीडर है तां जो कल नूं मेरे ते दोष ना लगे ये लुका के क्यों रखा गया इस गल की भी असी उन्होंने कोलों जिहड़ी है इनकुआरी की मंग की है कि तुरंत उत्थों इंस्पैक्टर भंगू नूं बदलिया जाए इनकुआरी की जाए कि किवें लग्या इलैक्शन के जो गाइडलाइनज़ है उसकी पूरी पालना क्यों नहीं की गई सानू आस है कि इमीजिएटली जिहड़े है इलैक्शन कमिश्नर वालों उन्हें तुरंत हटाया जाएगा तो फरदर भी उत्ते एक्शन जिहड़ा वो किया जाए सुखबीर बादल दे लई खबर है कि 2016 दे विच उन्हां नूं उड़ान दी जिहड़ी है देखिए बात है कि ये बहुत ही एक गंभीर मसला है अभी तक पुलिस ने आधिकारिक तौर पे कुछ नहीं कहा लेकिन एक इंग्लिश के बड़े अखबार में जो छपा है वो बहुत ही गंभीर बात है इसलिए अभी एनआईए इंक्वायरी कर रही है तो मेरे ख्याल है सारी चीजों से पर्दा उठेगा कि पूरी साजिश क्या थी लेकिन एक बात जरूर है कि जो जहर कांग्रेस पार्टी और कांग्रेस सरकार दोनों मिलकर के फैला रहे थे जिस तरीके से यूथ को मिसलीड करके जो एक कूट प्रचार कांग्रेस ने शुरू किया था श्री गुरु ग्रंथ साहब की बेअदबी के मुद्दे को लेकर के उससे डेफिनेटली जो है एक बार फिर जो है यूथ को मिसलीड करने का रेडिकलाइज करने का जो काम है वो कांग्रेस पार्टी ने जरूर किया इसलिए मैं कहता हूं कि अगर इसके लिए कोई जिम्मेवार भी है तो फिर भी कांग्रेस पार्टी है क्योंकि जो लोग उत्साहित करते हैं ऐसे कामों के लिए झूठ बोल बोल के कूट प्रचार करके वो भी उतने ही दोषी होते हैं जितना कोई काम करने वाला दोषी होता है पुलिस में जब भी कोई फौजदारी केस होता है जो ललकारा मारता है जिसको ललकारा लफ्ज बोलते हैं वो वही व्यक्ति होता है जो उकसाता है किसी को कि ये काम करो तो वो काम तो कांग्रेस गवर्नमेंट और कांग्रेस सरकार 2-2.5 साल से लगातार कर रही है इसलिए उसमें मैं कहता हूं कि नौजवानों का दोष कम है कांग्रेस पार्टी का सरकार का ज्यादा है आज भी आशु जी का जो इनके मंत्री हैं उनका मैं अभी वीडियो मेरे पास किसी जर्नलिस्ट ने भेजा था कि इसके ऊपर आप क्या कहना चाहते हो मुझे शर्म आई देख करके कि इतनी संवेदनशील इतनी गंभीर खबर छपी है और मंत्री इतनी हमदर्दी से उनका बचाव कर रहा है कि जैसे उसके परिवार का वो करने वाला कोई मेंबर हो इतनी हमदर्दी आशु जी दिखा रहे हैं कि कोई कर ही नहीं सकता कोई सोच नहीं सकता कि जैसे अपने किसी बच्चे के ऊपर कोई दोष लग गया हो तो उसकी कोई सफाई दे रहा है आशु जी की आप वीडियो ध्यान से सुनिए और लोगों को भी सुनाइए कि पता चले कि इन लोगों के हाथ में हमारी पंजाब की वागडोर है
कि जिन लोगों के ऊपर बम ब्लास्ट करने के दोष लग रहे हैं उनके बारे में एक मंत्री जी कितनी हमदर्दी से उसका बचाव करने की कोशिश कर रहे हैं कि नहीं नहीं कौन उड़ा सकता है, सोच भी नहीं सकता कोई, जैसे कोई परिवार के किसी बच्चे के ऊपर उनको ऐसे दुख महसूस हो रहा है। मैं समझता हूँ कि हमें शर्म आती है कि कैबिनेट रैंक में जो लोग हैं उनको अपनी जिम्मेवारी का भी एहसास जो है वो नहीं है। देखो मैं एग्जैक्ट डिटेल तो मैनू नहीं पता, पर नैचुरली रिजर्व बैंक ऑफ इंडिया नू सीरियसली लेना चाहिए, जिथे भी कितने बैंकिंग का कोई भी फ्रॉड करता है तो उत्थे लोगों की सिक्योरिटी करना जी है वो आर बी आई की जिम्मेवारी है कि किसी नाल भी, क्योंकि लोगों का विश्वास ये टुटता है जो भी कितने बैंक के कोई घोटाला होंगे, आम लोगों का मेहनत का कमाया हुआ पैसा जो बैंक के पिया चाहे संस्थावान का चाहे गुरुद्वारे जाए जा आम किसी मेहनती बंदे का, तो नैचुरली उन्होंने सारे नाल इंसाफ होना चाहिए, जेडे भी दोषी है उन्होंने भी एक्शन होना चाहिए, लोगों का भी पैसे का इमीजिएटली कोई ना कोई हल निकलना चाहिए। ¡Gracias!